ਬਾਲੀਵੁੱਡ ਹੇਅਰ ਸਟਾਈਲਿਸਟ ਸ਼ਿਵਾ ਦੀ ਸਟੋਰੀ ਨੂੰ ਸਟਾਰਡਸ ਨੇ ਕਵਰ ਕੀਤਾ ਹੈ। ਇਸ ਦੀ ਸੈਲੀਬ੍ਰੇਸ਼ਨ ਕੀਤੀ ਗਈ ਸ਼ਿਵਾ ਸੈਲੂਨ ਤੇ ਸਪਾ ਵਿੱਚ। ਇਸ ਮੈਗਜ਼ੀਨ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸ਼ਿਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਟੈਂਡ ਅਪ ਕਮੇਡੀਅਨ ਤੇ ਹੋਸਟ ਬਲਰਾਜ ਸਮਾਈਲ ਫਾਊਂਡੇਸ਼ਨ ਪਹੁੰਚੇ। ਬਲਰਾਜ ਨੇ ਇਸ ਮੌਕੇ ਇੱਥੇ ਪਹੁੰਚਣ ਦਾ ਇਹ ਕਾਰਨ ਦੱਸਿਆ ਕਿ ਉਹ ਬੱਚਿਆਂ ਦੇ ਨਾਲ ਆਪਣਾ ਸਮਾਂ ਬਤੀਤ ਕਰਨਾ ਚਾਹੁੰਦੇ ਸੀ। ਇਸ ਮੌਕੇ ਬੱਚਿਆਂ ਨੇ ਬਲਰਾਜ ਦੇ ਲਈ ਗਾਣਾ ਗਾਇਆ ਤੇ ਬਲਰਾਜ ਨੂੰ ਸਵਾਲ ਵੀ ਪੁੱਛੇ। ਫਿਲਮ ਰੇਸ 3 ਦੀ ਸਪੈਸ਼ਲ ਸਕਰੀਨਿੰਗ ਦਾ ਆਯੋਜਨ ਕੀਤਾ ਗਿਆ ਜੂਹੂ PVR ਵਿੱਚ, ਜਿੱਥੇ ਸਕਰੀਨਿੰਗ ਤੋਂ ਬਾਅਦ ਰਮੇਸ਼ ਤੌਰਾਨੀ ਨੇ ਆਪਣੇ ਘਰ ਵਿੱਚ ਆਯੋਜਿਤ ਕੀਤੀ ਇੱਕ ਸ਼ਾਨਦਾਰ ਪਾਰਟੀ, ਜਿੱਥੇ ਫਿਲਮ ਰੇਸ 3 ਦੀ ਸਟਾਰ ਕਾਸਟ ਦੇ ਨਾਲ ਨਾਲ ਹੋਰ ਵੀ ਕਲਾਕਾਰ ਨਜ਼ਰ ਆਏ।